पंजाब दे कैबिनेट मंत्री अमन अरोड़ा नूं संगरूर कोर्ट वल्लों एक वड्डी राहत दित्ती गई है। अमन अरोड़ा ते उन्हां दे जीजे रजिंदर दीपे विचाले चल रहे घरेलू कलेश दे मामले च संगरूर कोर्ट वल्लों अमन अरोड़ा नूं 31 जनवरी तक स्टे दित्ती गई है। कुछ दिन पहला सुनाम कोर्ट वल्लों अमन अरोड़ा नूं 2 साल की सज़ा सुनाई गई सी, जिस दी अपील अमन अरोड़ा वल्लों संगरूर कोर्ट विच पाई गई सी। बीते दिन ही हाई कोर्ट के वकीलों वालों इस पूरे मुद्दे उत्ते सवेरे 10 बजे तो लैके शाम 7 बजे तक बहस भी की गई सी, जिसका फैसला जज साहब वालों राखवा रखा गया सी। हुण अमन अरोड़ा नूं 31 जनवरी तक स्टे दिती गई है। मीडिया दे नाल गल करदे अमन अरोड़ा दे वकील ने कहा है कि मानयोग कोर्ट वालों अमन अरोड़ा नूं 31 जनवरी तक स्टे दिती गई है। अमन अरोड़ा दे वकील का कहना है कि मानयोग जज साहब वालों कहा गया है कि पूरे मामले का फैसला 31 जनवरी तो बाद ही सुनाया जाएगा। उन्होंने PIL पाई सी कि जो तक कन्विक्शन नहीं स्टे हो जाती है उद तक फ्लैग होस्ट नहीं कर सकते हैं कि हम जो अब कन्विक्शन स्टे होगी तो ऑटोमैटिकली जी PIL है उत्तर हाई कोर्ट के वह भी इनफक्चुअस है जी हो चुकी, क्योंकि उसी असी अंडरटेकिंग दे दी सी कि जे कन्विक्शन स्टे हो जाती है तो फ्लैग होस्ट करांगे, जे नहीं होंगी हैगी तो नहीं करांगे। अभी अंडरटेकिंग दी सी तो बेसिस के उपर उ इनफेक्चुअस होगी तो इतने कन्विक्शन स्टे हो जाएगी। मेहरबानी। थैंक यू ਸਾਰੇ ਤੁਸੀਂ ਨਿਊਜ਼ ਪੇਪਰ ਅਖਬਾਰਾਂ 'ਚ ਵੀ ਆਇਆ ਕਿ 10:15 ਤੋਂ ਸਵੇਰੇ ਬਹਿਸ ਸਟਾਰਟ ਹੋਈ ਅਤੇ ਸ਼ਾਮ ਨੂੰ 7 ਵਜੇ ਤੱਕ ਚੱਲੀ ਅਤੇ ਜੱਜ ਸਾਹਿਬ ਨੇ ਅੱਜ ਕਿਹਾ ਕਿ ਜਿਹੜਾ ਹੈਗਾ ਕਿ ਜੀ ਕਾਫੀ ਬਹੁਤ ਜ਼ਿਆਦਾ ਡਾਕੂਮੈਂਟਸ ਹੈਗੇ ਨੇ, ਸਾਰਾ ਦੇਖਣ ਵਾਲੇ ਹੈਗੇ ਨੇ ਅਤੇ 31 ਤਰੀਕ ਤੱਕ ਉਹਦਾ ਜਿਹੜਾ ਹੈਗਾ ਉਹਨੂੰ ਰੱਖ ਦਿੱਤਾ 31 ਤਰੀਕ ਨੂੰ ਫਾਈਨਲ ਫੈਸਲਾ ਅਤੇ ਇਹਦਾ ਮੇਨ ਟਾਈਮ ਜਿਹੜੀ ਹੈਗੀ ਕਨਵਿਕਸ਼ਨ ਸਟੇ ਕਰ ਦਿੱਤੀ ਅਤੇ 31 ਤਰੀਕ ਤੱਕ ਕਨਵਿਕਸ਼ਨ ਸਟੇ ਹੈ ਅਤੇ ਫਾਈਨਲ ਉਹ ਕਹਿੰਦੇ ਸੀਗੇ ਜਿਹੜਾ ਸਾਰਾ ਪੈ ਦੇਖ ਕੇ, ਕਿਉਂਕਿ ਡਾਕੂਮੈਂਟਸ ਬਹੁਤ ਜ਼ਿਆਦਾ ਸੀ ਦੋਨੇ ਪਾਰਟੀਜ਼ ਦੇ, ਆਰਗੂਮੈਂਟ ਬਹੁਤ ਸੀ ਅਤੇ ਗੋ ਥਰੂ ਹੋ ਗਏ 31 ਨੂੰ। ਹੁਣ ਅਮਨ ਅਰੋੜਾ ਝੰਡਾ ਲਹਿਰਾ ਸਕਣਗੇ? ਬਿਲਕੁਲ ਲਹਿਰਾ ਸਕਦੇ ਨੇ, ਕਿਉਂ ਨਹੀਂ ਲਹਿਰਾ ਸਕਦੇ? ਉੱਥੇ ਤਾਂ ਇਹ ਸੀ ਕਿ ਕਨਵਿਕਸ਼ਨ ਜਿਹੜੀ ਹੈਗੀ ਹੈ ਹੁਣ ਸਟੇ ਹੋ ਗਈ ਹੈ, ਦੈਟ ਮੀਨਸ ਜਿਹੜੀ ਹੈਗੀ ਜੱਜਮੈਂਟ ਆਫ ਕਨਵਿਕਸ਼ਨ ਜਿਹੜੀ ਹੈਗੀ ਟ੍ਰਾਇਲ ਕੋਰਟ ਵੀ ਸਟੇ ਹੋ ਗਈ ਹੈ। 31 ਤੋਂ ਬਾਅਦ ਕੋਈ ਫੈਸਲਾ ਤੁਸੀਂ ਲਿਆ ਸਰ? ਨਹੀਂ ਉਹ ਤਾਂ ਦੇਖੋ ਇਸ ਉੱਤੇ ਤਾਂ ਮੈਂ ਕੋਈ ਕਮੈਂਟ ਨਹੀਂ ਕਰ ਸਕਦਾ, ਇਹ ਤਾਂ ਜੱਜ ਸਾਹਿਬ ਨੇ ਜਿਹੜਾ ਹੈਗਾ ਜੁਡੀਸ਼ਲ ਹੈਗਾ ਤਾਂ ਬਸ ਅਸੀਂ ਤਾਂ ਫੋਫਰ ਦੀ ਬੈਸਟ ਹੀ ਕਹਿ ਸਕਦੇ ਹਾਂ। ਹਾਂਜੀ ਸਰ, ਕੱਲ੍ਹ ਅਮਨ ਅਰੋੜਾ ਦੇ ਕੇਸ ਵਿੱਚ ਆਰਗੂਮੈਂਟ ਹੋਈ ਸੀ, ਸ਼੍ਰੀ RS ਚੀਮਾ ਸੀਨੀਅਰ ਕੌਂਸਲ ਆਰਗੂ ਕੌਂਸਲ ਸੀ, ਉਹਨਾਂ ਦੀ ਕੱਲ੍ਹ 7 ਵਜੇ ਆਰਗੂਮੈਂਟ ਕੰਪਲੀਟ ਹੋਈ ਹੈ ਅਤੇ ਅੱਜ ਆਰਡਰ 'ਤੇ ਸੀ ਅਤੇ ਕਾਫੀ ਲੈਂਥੀ ਆਰਗੂਮੈਂਟ ਸੀ। ਅੱਜ ਜੱਜ ਸਾਹਿਬ ਨੇ ਪ੍ਰੋਨਾਊਂਸ ਕੀਤਾ ਬਈ ਇੰਟਰਨ ਕਨਵਿਕਸ਼ਨ ਸਟੇ ਕਰ ਦਿੱਤੀ ਹੈ ਟਿਲ ਫਰਦਰ ਆਰਡਰ, ਜੋ ਵੀ ਨੈਕਸਟ ਡੇਟ ਆਏਗੀ, ਕਿਉਂਕਿ ਕਾਫੀ ਰਿਕਾਰਡ ਹੈ, ਕਾਫੀ ਲਾਅ ਪੁਆਇੰਟ ਹੈ ਅਤੇ ਹੁਣ ਕਨਵਿਕਸ਼ਨ ਸਟੇ ਹੋ ਗਈ ਹੈ। ਹੁਣ ਅਮਨ ਅਰੋੜਾ ਨੂੰ ਕਿਸੇ ਗੱਲ ਦੀ ਕੋਈ ਪ੍ਰੋਬਲਮ ਨਹੀਂ ਹੈ, ਕਿਉਂਕਿ ਕਨਵਿਕਸ਼ਨ ਹੀ ਮੇਨ ਪ੍ਰੋਬਲਮ ਸੀ, ਉਹ ਸਾਰੀ ਸੋਲਵ ਹੋ ਚੁੱਕੀ ਹੈ। ਹੁਣ ਕੋਈ ਉਹਨਾਂ ਦੇ ਖਿਲਾਫ਼ ਖਤਮ ਹੀ ਗੱਲ ਹੀ ਖਤਮ ਹੈ ਫਿਲਹਾਲ, ਜੋ ਕਨਵਿਕਸ਼ਨ ਦੀ ਸਟੇ ਹੋ ਗਈ ਤਾਂ ਹਰ ਇੱਕ ਪਾਰਟੀਸਪੇਟ ਕਰ ਸਕਦੇ ਆ, ਬਾਕੀ ਡਿਟੇਲ ਆਰਡਰ ਹਜੇ ਅਪਲੋਡ ਹੋਇਆ ਨਹੀਂ, ਪ੍ਰੋਨਾਊਂਸ ਸਭ ਨੇ ਹੀ ਮੇਰੇ ਸਾਹਮਣੇ ਹੁਣ ਇਹੀ ਆਰਡਰ ਕੀਤਾ ਉਹਨਾਂ ਨੇ। 31 ਤਰੀਕ ਨੂੰ ਜਿਹੜਾ ਅੱਗੇ ਦਾ ਰੱਖਿਆ ਗਿਆ ਉਹਦੇ ਵਿੱਚ ਕੀ ਹੋ ਸਕਦਾ? 31 ਤਰੀਕ ਨੂੰ ਮਤਲਬ ਕਿ ਜਸਬ ਆਰਡਰ ਫਾਈਨਲ ਆਰਡਰ ਵੀ ਸੁਣਾ ਸਕਦੇ ਆ ਜਾਂ ਡੇਟ ਵੀ ਪਾ ਸਕਦੇ ਆ, ਉਹਨਾਂ 'ਤੇ ਡਿਪੈਂਡ ਕਰਦਾ, ਕਿਉਂਕਿ ਆਰਗੂਮੈਂਟ ਹੈ ਕਾਫੀ ਲਾਅ ਪੁਆਇੰਟ ਇਨਵੋਲਵ ਸੀ ਇਸ ਕੇਸ ਦੇ ਵਿੱਚ, ਅਤੇ ਇਸ ਕਰਕੇ ਉਹ ਇਸੇ ਕਰਕੇ ਜਸਬ ਕਹਿੰਦੇ ਵੀ ਇਨ ਟਾਈਮ ਇਨ ਦਾ ਤੋਂ ਅਦਰਵਾਈਜ਼ ਪ੍ਰਾਇਮਾ ਫਸ਼ਾਈ ਕੇਸ ਉਹਨਾਂ ਨੇ ਠੀਕ ਸਮਝਿਆ ਹੋਣਾ ਤਾਂ ਹੀ ਇਨ ਟਰਮ ਕੀਤੀ ਹੈ, ਅਤੇ ਬਾਕੀ ਲਾਅ ਪੁਆਇੰਟ ਇਨਵੋਲਵ ਹੈ ਉਹ 31 ਨੂੰ ਪਤਾ ਲੱਗੇਗਾ ਕੀ ਹੈ, ਪਰ ਫਿਲਹਾਲ 31 ਹੋ ਗਈ। ਅੱਜ ਹੁਣ ਅਮਨ ਅਰੋੜਾ ਜੀ ਨੂੰ ਕਿਸੇ ਗੱਲ ਦੀ ਕੋਈ ਪ੍ਰੋਬਲਮ ਨਹੀਂ, ਲੈਜਿਸਲੇਚਰ ਜਾਣ ਦੀ ਪ੍ਰੋਬਲਮ ਨਹੀਂ ਹੈ, ਝੰਡਾ ਲਗਾਉਣ ਦੀ ਪ੍ਰੋਬਲਮ ਨਹੀਂ, ਕਿਉਂਕਿ ਕਨਵਿਕਸ਼ਨ ਹੀ ਮੇਨ ਪ੍ਰੋਬਲਮ ਹੁੰਦੀ ਹੈ, ਉਹ ਸਟੇ ਹੋ